ਯਾਰ ਆਪਾਂ ਅਕਸਰ ਹੀ ਕਹਿੰਦੇ ਸੁਣਿਆ ਹੈ ਕਿ ਰੱਬਾ ਸਿਹਤ ਚੰਗੀ ਹੋਵੇ ਪੈਸੇ ਨੂੰ ਕੀ ਕਰਨਾ, ਪਰ ਯਾਰੋ ਸਭ ਤੋਂ ਭੈੜਾ ਦੁੱਖ ਵੀ ਪੈਸੇ ਦਾ ਹੀ ਹੈ। ਜੇ ਤੁਹਾਡੇ ਘਰੇ ਗਰੀਬੀ ਹੈ ਤਾਂ ਤੁਹਾਡੇ ਕੋਈ ਲਾਗੇ ਵੀ ਖੜ ਕੇ ਨਹੀਂ ਰਾਜ਼ੀ ਹੁੰਦਾ। ਤੁਸੀਂ ਜਿੰਨੇ ਵੀ ਮੁਸ਼ਕਲਾਂ ਭਰੇ ਹਾਲਾਤਾਂ ਚ ਕਿਉਂ ਨਾ ਹੋਵੋ, ਕੋਈ ਵੀ ਤੁਹਾਡੀ ਹੈਲਪ ਨਹੀਂ ਕਰਦਾ, ਕੋਈ ਵੀ ਤੁਹਾਡੀ ਨਹੀਂ ਸੁਣਦਾ। ਪਰ ਜੇ ਤੁਹਾਡੇ ਤੋਂ ਪੈਸੇ ਆ ਤਾਂ ਸਾਰੇ ਹੀ ਤੁਹਾਡੇ ਪਿੱਛੇ ਭੱਜਦੇ ਆ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵੀਡੀਓ ਕਲਿੱਪ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਚੋਂ ਹੰਝੂ ਆ ਜਾਣਗੇ। ਯਾਰੋ ਆ ਵੀਡੀਓ ਕਲਿੱਪ ਚ ਤੁਸੀਂ ਇੱਕ ਭੈਣ ਦੇਖ ਰਹੇ ਹੋ। ਭੈਣ ਦੇਖਣ ਨੂੰ ਥੋੜੀ ਸਧਾਰਨ ਜਿਹੀ ਲੱਗਦੀ ਪਈ ਹੈ। ਗਰੀਬ ਨੂੰ ਤਾਂ ਸਾਰੇ ਸੁਦਾਈ ਹੀ ਕਹਿ ਦਿੰਦੇ ਨੇ, ਇਹ ਤਾਂ ਸਾਡੀ ਦੁਨੀਆ ਦਾ ਨਿਜ਼ਮ ਬਣ ਚੁੱਕਿਆ ਹੈ। ਯਾਰ ਸਾਈਦ ਇਸ ਭੈਣ ਦੀ ਬੇਟੀ ਨੇ ਕਦੀ ਕੋਲਡ ਡਰਿੰਕ ਨਹੀਂ ਪੀਤੀ, ਤੇ ਜਦੋਂ ਇੱਕ ਵਿਆਹ 'ਚ ਇਸ ਦੀ ਬੇਟੀ ਟੇਬਲ ਤੇ ਕੋਲਡ ਡਰਿੰਕ ਪਈ ਦੇਖਦੀ ਏ ਤਾਂ ਆਪਣੀ ਮਾਂ ਨੂੰ ਕਹਿੰਦੀ ਏ ਕਿ ਮੈਂ ਕੋਲਡ ਡਰਿੰਕ ਪੀਣੀ ਆ, ਤੇ ਇਸ ਦੀ ਮਾਂ ਭੱਜੀ ਭੱਜੀ ਟੇਬਲ ਤੇ ਜਾਂਦੀ ਏ ਤਾਂ ਉੱਥੋਂ ਕੋਲਡ ਡਰਿੰਕ ਚੱਕ ਲੈਂਦੀ ਏ। ਹਾਲਾਂਕਿ ਕੋਲਡ ਡਰਿੰਕ ਬਹੁਤ ਹੀ ਥੋੜੀ ਰਹਿ ਗਈ ਹੁੰਦੀ ਏ, ਪਰ ਜਦੋਂ ਇਹ ਕੋਲਡ ਡਰਿੰਕ ਚੱਕ ਕੇ ਭੱਜਦੀ ਏ ਤਾਂ ਇਸ ਮਗਰ ਆ ਬਜ਼ੁਰਗ ਵੀ ਭੱਜਦਾ ਏ। ਜੀ ਹਾਂ, ਇਹ ਰੱਜਿਆ ਪੁੱਜਿਆ ਬਜ਼ੁਰਗ ਜਿਹੜਾ ਟੇਬਲ ਤੇ ਬੈਠਿਆ ਹੁੰਦਾ ਏ, ਉਸ ਨੂੰ ਇਹ ਸ਼ਰਮ ਨਹੀਂ ਆਈ ਕਿ ਵਿਚਾਰੀ ਗਰੀਬਣੀ ਆ ਜੋ ਆਪ ਨਹੀਂ ਦੇ ਸਕਦਾ ਸੀ ਤੇ ਭੈਣ ਦੇ ਪਿੱਛੇ ਭੱਜਦਾ ਵਣਾ। ਜੀ ਹਾਂ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਇਸ ਤਰੀਕੇ ਨਾਲ ਭੱਜ ਰਿਹਾ ਏ ਜਿਵੇਂ ਭੈਣ ਨੂੰ ਕੁੱਟਣਾ ਹੁੰਦਾ ਏ। ਯਾਰੋ ਇਹ ਵੀਡੀਓ ਕਲਿੱਪ ਦੇਖ ਕੇ ਸੱਚੀ ਅੱਖਾਂ ਚੋਂ ਹੰਝੂ ਆ ਜਾਂਦੇ ਨੇ ਕਿ ਰੱਬਾ ਇੰਨੀ ਵੀ ਗਰੀਬੀ ਕਿਸੇ ਤੇ ਪਾਈ ਨਾ। ਯਾਰੋ ਤੁਸੀਂ ਹਮੇਸ਼ਾ ਹੀ ਗਰੀਬਾਂ ਦੀ ਹੈਲਪ ਜ਼ਰੂਰ ਕਰਿਆ ਕਰੋ। ਗੁਰੂ ਘਰੇ ਭਾਵੇਂ ਦਾਨ ਕਰ ਹੋਵੇ ਜਾਂ ਨਾ ਹੋਵੇ, ਪਰ ਗਰੀਬ ਦੀ ਹੈਲਪ ਜ਼ਰੂਰ ਕਰਿਆ ਕਰੋ, ਕਿਉਂਕਿ ਸਾਡੇ ਗੁਰੂਆਂ ਨੇ ਹੀ ਕਿਹਾ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਸੋ ਤੁਸੀਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।